ਇਹ ਜਿਨ੍ਹਾਂ ਵੀਰਾਂ ਦਾ ਕਬੂਤਰ ਕੌੜੇ ਆ ਛੇਤੀ ਅੱਡੇ ਨਹੀਂ ਲੱਗਦੇ ਅਤੇ ਛਾੜ ਦੇ ਪੱਕੇ ਨਿਗੇ, ਤਾਂ ਮੈਂ ਤੁਹਾਨੂੰ ਅਜੇ ਇੱਕ ਤਰੀਕਾ ਦੱਸਦਾ ਅਤੇ ਉਸ 'ਤੇ ਅਮਲ ਕਰੋ। ਇਨਸ਼ਾਅੱਲਾ ਤੁਹਾਡਾ ਕਬੂਤਰ ਬਾਹਰ ਵੀ ਨਹੀਂ ਜਾਏਗਾ ਅਤੇ ਛਾੜ ਦੇ ਅੱਡੇ ਵੀ ਲੱਗ ਜਾਏਗਾ, ਜਲਦੀ ਲੱਗ ਜਾਏਗਾ। ਸਭ ਤੋਂ ਪਹਿਲਾਂ ਤੁਸੀਂ ਇੱਕ ਰੱਸੀ ਲੈ ਲੈਣੀ, ਉਹਦੇ ਲੱਤ ਨੂੰ ਬੰਨ੍ਹ ਲੈਣੀ ਆ ਕਬੂਤਰ ਦੇ ਨੂੰ, ਠੀਕ ਆ। ਬੰਨ੍ਹ ਕੇ ਅਤੇ ਇਸ ਤਰ੍ਹਾਂ ਪੋਲੇ ਦਾਣੀ ਨਾ ਆਰਾਮ ਦਾਣੀ ਛਾੜ ਦੇ ਕੋਲ ਕਰਕੇ ਅਤੇ ਛੱਡਣਾ ਆ, ਜਿਹੜਾ ਹੱਥ ਛਾੜ ਤੱਕ ਚੱਲ ਜਾਵੇ, ਆਪਣੇ ਛੱਤਰੀ ਤੱਕ ਚਲਾ ਜਾਵੇ ਬੱਚ ਕਬੂਤਰ ਆਪਣਾ। ਇਸ ਤਰੀਕੇ ਨਾਲ ਇਸ ਤਰ੍ਹਾਂ ਕਰਨਾ ਤੁਸੀਂ, ਇਹ ਦਿਨ ਦੇ ਵਿੱਚ ਤੁਸੀਂ 5 ਦਫ਼ਾ ਇਸ ਤਰ੍ਹਾਂ ਕਰਨਾ ਆ। ਉਸ ਤੋਂ ਬਾਅਦ ਤੁਹਾਨੂੰ ਮੈਂ ਅਗਲੀ ਗੱਲ ਦੱਸਦਾ, ਮੁੜ ਕੇ ਆਹਿਸਤਾ ਆਹਿਸਤਾ ਕਬੂਤਰ ਥੋੜ੍ਹਾ ਜਿਹਾ ਨਾ ਦੂਰੋਂ ਛੱਡਣਾ ਹੈ ਤੁਸੀਂ। ਇਹ ਹੁਣ ਛੱਤਰੀ ਦੂਰ ਹੈ, ਇਹ ਥੋੜ੍ਹਾ ਦੂਰੋਂ ਛੱਡਣਾ ਕਬੂਤਰ, ਇਹ ਰੱਸੀ ਪਾਈ ਹੋਈ ਆ ਤਾਂ ਕਿ ਕਬੂਤਰ ਕਿਤੇ ਬਾਹਰ ਪੈਰ ਨਾ ਲਾਵੇ। ਹੁਣ ਆਪਾਂ ਇਸ ਕਬੂਤਰ ਨੂੰ ਕਾਫੀ ਦੂਰੋਂ ਛੱਡਾਂਗੇ, ਛੱਤਰੀ ਕਾਫੀ ਦੂਰ ਆ, ਦੇਖੋ ਦੋਸਤੋ, ਇਹਨੂੰ ਇੱਥੋਂ ਛੱਡਾਂਗੇ ਸਿੱਧਾ ਇਨਸ਼ਾਅੱਲਾ ਛੱਤਰੀ 'ਤੇ ਜਾਏਗਾ, ਦੇਖ ਸਕਦੇ ਆ। ਇਸ ਤਰ੍ਹਾਂ ਕਬੂਤਰ ਤੁਸੀਂ ਬੱਚੇ ਆਪਣੇ ਲਾਓ, ਚਾਹੇ ਕਬੂਤਰ ਲਾਓ, ਵੱਡੇ ਲਾਓ, ਛੋਟੇ ਲਾਓ, ਕਬੂਤਰ ਬਾਹਰ ਨਹੀਂ ਜਾਣਗੇ ਇਨਸ਼ਾਅੱਲਾ, ਤੁਹਾਡੇ ਘਰ ਬੈਠਣਗੇ, ਜਲਦੀ ਅੱਡੇ ਲੱਗ ਜਾਣਗੇ। ਜਿਨ੍ਹਾਂ ਦੇ ਕਬੂਤਰ ਕੌੜੇ ਆ ਜਲਦੀ ਅੱਡੇ ਨਹੀਂ ਲੱਗਦੇ, ਉਹਨਾਂ ਨੂੰ ਇਹ ਤਰੀਕਾ।